ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ। ਸਾਹਮਣੇ ਬਿਲਕੁਲ ਗੋਲਡਨ ਗੇਟ ਹੈ ਜੀ, ਤੇ ਗੋਲਡਨ ਗੇਟ ਤੋਂ ਤੁਸੀਂ ਰਿਆਨ ਇੰਟਰਨੈਸ਼ਨਲ ਸਕੂਲ ਵੱਲ ਨੂੰ ਜਦੋਂ ਆਓਗੇ ਤਾਂ ਬਿਲਕੁਲ ਉਹਦੇ ਸਾਹਮਣੇ ਤੁਹਾਨੂੰ ਇੱਕ ਨਵਾਂ ਰੈਸਟੋਰੈਂਟ ਦਿਖੇਗਾ ਜੀ, ਜਿਹਦਾ ਨਾਮ ਹੈ ਛੋਟੂ ਮਹਾਰਾਜ। ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ, ਛੋਟੂ ਮਹਾਰਾਜ। ਇਹ ਸਿਨੇਮਾ, ਕੈਫੇ ਐਂਡ ਰੈਸਟੋਰੈਂਟ ਤਿੰਨੇ ਚੀਜ਼ਾਂ ਤੁਹਾਨੂੰ ਇੱਥੇ ਇੱਕ ਹੀ ਜਗ੍ਹਾ 'ਤੇ ਮਿਲ ਜਾਣਗੀਆਂ। ਤੁਸੀਂ ਮੂਵੀਜ਼ ਇੰਜੋਏ ਕਰ ਸਕਦੇ ਹੋ, ਖਾ ਪੀ ਸਕਦੇ ਹੋ, ਪਾਰਟੀ ਕਰ ਸਕਦੇ ਹੋ, ਕੁਛ ਵੀ ਕਰ ਸਕਦੇ ਹੋ। ਸੋ ਆਓ ਤੁਹਾਨੂੰ ਆਪਾਂ ਹੁਣ ਇਹਦੇ ਅੰਦਰ ਲੈ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ ਇੱਥੇ ਹੋਰ ਕੀ ਮਿਲਦਾ ਆ। ਸੋ ਐਂਟਰ ਕਰਦੇ ਹੀ ਸਾਨੂੰ ਸਭ ਤੋਂ ਪਹਿਲਾਂ ਇੱਕ ਰਾਈਟ ਸਾਈਡ 'ਤੇ ਇੱਕ ਗਾਰਡਨ ਨਜ਼ਰ ਆਉਂਦਾ ਆ, ਜਿਹਦੇ ਵਿੱਚ ਅਸੀਂ ਫੂਡ ਔਡਰ ਕਰਕੇ ਆਪਣਾ ਮੀਲ ਇੰਜੋਏ ਕਰ ਸਕਦੇ ਹਾਂ। ਸੋ ਹੁਣ ਆਪਾਂ ਚੱਲਦੇ ਹਾਂ ਜੀ ਇਹਦੇ ਅੰਦਰ ਅਤੇ ਦੇਖਦੇ ਹਾਂ ਕਿ ਅੰਦਰ ਕੀ ਹੈਗਾ ਆ। ਸੋ ਐਂਟਰ ਕਰਦੇ ਹੀ ਸਾਨੂੰ ਸਭ ਤੋਂ ਪਹਿਲਾਂ ਨਜ਼ਰ ਆਉਂਦਾ ਹੈ ਜੀ ਇੱਕ ਕੈਫੇ। ਇਹ ਕੈਫੇ ਬਹੁਤ ਹੀ ਸੋਹਣਾ ਬਣਾਇਆ ਗਿਆ, ਮਤਲਬ ਦੇਖੋ, ਲੁੱਕ ਐਟ ਦਿਸ ਬਿਊਟੀ ਗਾਇਸ। ਅਤੇ ਇੱਥੇ ਤੁਸੀਂ ਆਪਣੀ ਕੌਫੀ ਵਗੈਰਾ, ਟੀ ਵਗੈਰਾ ਐਂਡ ਪੇਸਟੀਸ ਵਗੈਰਾ ਇੰਜੋਏ ਕਰ ਸਕਦੇ ਹੋ। ਜੋ ਸਟਾਰਟਰ ਹੁੰਦੇ ਆ ਛੋਟੇ ਛੋਟੇ, ਉਹ ਸਭ ਕੁਝ ਤੁਹਾਨੂੰ ਇੱਥੇ ਮਿਲ ਜਾਣਗੇ। ਸੋ ਕੈਫੇ ਤੋਂ ਬਾਅਦ ਆਪਾਂ ਵਧਦੇ ਹਾਂ ਜੀ, ਜਿਹੜਾ ਮੇਨ ਜੋ ਅਟਰੈਕਟਿਵ ਪੁਆਇੰਟ ਆ ਇੱਥੋਂ ਦਾ, ਜਿਹਦੇ ਕਰਕੇ ਇਹ ਛੋਟਾ ਮਹਾਰਾਜ ਇੰਨਾ ਫੇਮਸ ਆ। ਸੋ ਇਹ ਹੈ ਜੀ ਉਹ ਵਜ੍ਹਾ, ਦਿਸ ਇਜ਼ ਦੀ ਵਰਲਡਸ ਫਸਟ ਡਾਈਨ ਇਨ ਥੀਏਟਰ। ਹਾਂਜੀ ਸਹੀ ਸੁਣਿਆ ਤੁਸੀਂ, ਡਾਈਨ ਇਨ ਥੀਏਟਰ, ਮਤਲਬ ਕਿ ਤੁਸੀਂ ਮੂਵੀ ਇੰਜੋਏ ਕਰੋ ਅਤੇ ਨਾਲ ਨਾਲ ਇੱਥੇ ਬੈਠ ਕੇ ਹੀ ਆਪਣਾ ਫੂਡ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਤੁਸੀਂ ਆਪਣੇ ਫੈਮਲੀ ਫਰੈਂਡਸ ਦੇ ਨਾਲ ਆਓ, ਮੂਵੀ ਦੇਖੋ, ਅਤੇ ਤੁਹਾਨੂੰ ਇੱਥੇ ਬੈਠਿਆਂ ਨੂੰ ਹੀ, ਤੁਸੀਂ ਜੋ ਫੂਡ ਔਡਰ ਕਰੋਗੇ ਤੁਹਾਨੂੰ ਇੱਥੇ ਬੈਠਿਆਂ ਨੂੰ ਹੀ ਮਿਲ ਜਾਏਗਾ। ਥੀਏਟਰ ਹਲੇ ਵਿਦ ਇਨ ਅ ਮੰਥ, ਅੱਜ ਡੇਟ ਤੁਸੀਂ ਨੋਟ ਕਰ ਲਓ, ਅਤੇ ਵਿਦ ਇਨ ਅ ਮੰਥ ਤੁਹਾਨੂੰ ਮਤਲਬ ਇੱਥੇ ਤੁਸੀਂ ਮੂਵੀਜ਼ ਇੰਜੋਏ ਕਰ ਸਕਦੇ ਹੋ। ਥੀਏਟਰ ਦੇ ਬਹੁਤ ਹੀ ਸੋਹਣਾ ਬਣਾਇਆ ਗਿਆ, ਮੇਨ ਗੱਲ ਇਹ ਕਿ ਕਰਵਡ ਆ, ਸੋ ਪਲੇਨ ਨਹੀਂ ਆ, ਜਿਹੜਾ ਕਿ ਬਾਕੀ ਥੀਏਟਰਸ ਤੋਂ ਇਹਨੂੰ ਬਹੁਤ ਹੀ ਇੱਕ ਯੂਨੀਕ ਵੇ ਦਿੰਦਾ ਆ। ਸੋ ਜੇ ਲਾਈਟਸ ਔਫ ਕਰ ਦਈਏ ਤਾਂ ਮੈਂ ਕਹਿੰਦਾ ਪੂਰੀ ਥੀਏਟਰ ਫੀਲਿੰਗ। ਸੋ ਸਾਊਂਡ ਕੁਆਲਿਟੀ ਪਲੱਸ ਵੀਡੀਓ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ, ਮਤਲਬ ਬੈਸਟ ਚੀਜ਼ ਪ੍ਰੋਵਾਈਡ ਹੁੰਦੀ ਆ। ਸੋ ਇੱਥੋਂ ਲੈਂਦੇ ਹਾਂ ਆਪਾਂ ਐਗਜ਼ਿਟ ਇਜਾਜ਼ਤ, ਅਤੇ ਹੁਣ ਚੱਲਦੇ ਹਾਂ ਜੀ ਬਾਹਰ ਨੂੰ। ਹੁਣ ਇੱਥੇ ਆਉਂਦੀ ਹੈ ਜੀ ਇੱਕ ਹੋਰ ਇਹਨਾਂ ਦਾ ਪਲੱਸ ਪੁਆਇੰਟ, ਕਿ ਜੇ ਤੁਸੀਂ ਆਪਣੀ ਮੂਵੀਜ਼ ਨਹੀਂ ਦੇਖਣੀ, ਕੋਈ ਮੂਵੀ ਨਹੀਂ ਦੇਖਣੀ, ਤੁਸੀਂ ਸਿਰਫ ਅਤੇ ਸਿਰਫ ਫੂਡ ਇੰਜੋਏ ਕਰਨਾ ਆ, ਆਪਣੀ ਪਾਰਟੀ ਕਰਨੀ ਆ, ਕੁਛ ਵੀ ਕਰਨਾ ਆ, ਸੋ ਤੁਸੀਂ ਓਪਨ ਰੈਸਟੋਰੈਂਟ ਦੇ ਵਿੱਚ ਬੈਠ ਕੇ ਕੁਛ ਵੀ ਗਾ ਸਕਦੇ ਹੋ, ਕੁਛ ਵੀ। ਸੋ ਕਈ ਕਹਿੰਦੇ ਨੇ ਜੀ ਮੂਵੀ ਨਹੀਂ ਦੇਖਣੀ, ਅਸੀਂ ਵੈਸੇ ਹੀ ਖਾਣ ਪੀਣ ਜਾਣਾ ਆ, ਅਤੇ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ, ਮਤਲਬ ਬਹੁਤ ਹੀ ਜ਼ਿਆਦਾ ਅਟਰੈਕਟਿਵ ਤੁਸੀਂ ਦੇਖ ਪਾਉਂਦੇ, ਮਤਲਬ ਹਰ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਆ, ਮਤਲਬ ਇੱਕ ਇੱਕ ਚੀਜ਼ ਬਹੁਤ ਹੀ ਸੋਚ ਸਮਝ ਕੇ ਬਣਾਈ ਗਈ ਆ। ਇੰਨਾ ਅਟਰੈਕਟਿਵ, ਮਤਲਬ ਵੀਡੀਓ 'ਚ ਇੰਨਾ ਅਟਰੈਕਟਿਵ ਲੱਗ ਰਿਹਾ, ਸੋਚ ਕੇ ਦੇਖੋ ਰਿਐਲਿਟੀ ਦੇ ਵਿੱਚ ਜਦੋਂ ਰੀਅਲੀ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਉਦੋਂ ਕਿੰਨਾ ਪਿਆਰਾ ਲੱਗੇਗਾ, ਮਤਲਬ ਪੇਂਟਿੰਗ ਚੈੱਕ ਕਰੋ। ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਜੀ ਬਾਰ ਵੱਲ ਨੂੰ। ਇੱਥੇ ਸਟੇਅਰਸ ਦੇ ਉੱਤੇ ਚੜ੍ਹ ਕੇ ਜਿਹੜੇ ਡਰਿੰਕ ਵਗੈਰਾ ਕਰਨਾ ਚਾਹੁੰਦੇ ਆ ਜਾਂ ਨਹੀਂ ਵੀ ਕਰਨਾ ਚਾਹੁੰਦੇ, ਅਗਰ ਤੁਸੀਂ ਆਪਣਾ ਫੂਡ ਹੀ ਇਕੱਲਾ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਸੋ ਲੁੱਕ ਐਟ ਦਿਸ ਬਿਊਟੀ ਗਾਇਸ, ਮਤਲਬ ਇੱਕ ਪਾਸੇ ਤੁਹਾਨੂੰ ਬਲੈਕ ਐਂਡ ਵਾਈਟ ਪੂਰੀ ਪੁਰਾਣੀ ਜਿਵੇਂ ਪੇਂਟਿੰਗ ਹੁੰਦੀ ਆ ਉਹ ਨਜ਼ਰ ਆਉਂਦੀ ਹੈ, ਅਤੇ ਦੂਜੇ ਪਾਸੇ ਬਿਲਕੁਲ ਐਂ ਕਲਰਡ ਆ, ਬਹੁਤ ਹੀ ਪਿਆਰਾ ਸੀ ਨਾ, ਬਹੁਤ ਹੀ ਪਿਆਰਾ। ਸੋ ਆਓ ਹੁਣ ਆਪਾਂ ਇਹਨਾਂ ਦਾ ਫੂਡ ਔਡਰ ਕਰਦੇ ਹਾਂ। ਫੂਡ ਮੈਨਿਊ ਇਹਨਾਂ ਦਾ ਬਹੁਤ ਹੀ ਜ਼ਿਆਦਾ ਵੱਡਾ, ਮਤਲਬ ਖਤਮ ਹੀ ਨਹੀਂ ਆਉਂਦਾ, ਕੋਈ ਚੀਜ਼ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਇਹਨਾਂ ਨੇ ਛੱਡੀ ਹੋਵੇ, ਹਰ ਚੀਜ਼ ਐਡ, ਹਰ ਚੀਜ਼ ਦੇਖ ਪਾ ਰਹੇ ਹੋ, ਸੂਪ ਸੂਪ, ਵੈਜ ਨੋਨ ਵੈਜ ਹਰ ਤਰ੍ਹਾਂ ਦਾ ਸੂਪ, ਤੰਦੂਰੀ ਸਟਾਰਟਰਸ, ਇਹਦੇ ਵਿੱਚ ਵੀ ਵੈਜ ਨੋਨ ਵੈਜ ਦੋਨੋਂ ਚੀਜ਼ਾਂ। ਉਸ ਤੋਂ ਬਾਅਦ ਆਉਂਦਾ ਹੈ ਜੀ ਚਾਈਨੀਜ਼ ਸਟਾਰਟਰ, ਮਤਲਬ ਚਾਈਨੀਜ਼ ਦੀ ਤੁਹਾਨੂੰ ਹਰ ਚੀਜ਼ ਮਿਲ ਜਾਏਗੀ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ, ਵੈਜ ਦੇ ਵਿੱਚ, ਨੋਨ ਵੈਜ ਦੇ ਵਿੱਚ, ਫਿਰ ਉਸ ਤੋਂ ਬਾਅਦ ਕੌਂਟੀਨੈਂਟਲ ਸਟਾਰਟਰਸ,
एंड पास्ताज, पास्ताज भी वेज भी है ते नॉन वेज दोनों है ने। सो उस तो बाद सिजलर, सिजलर्स तो बाद पिज़्ज़ा, पिज़्ज़ा भी मतलब सारे ही कवर हो गए जो मेन मेन होंगे। उस तो बाद बर्गरस, बर्गरस बाद सैंडविच, सैंडविच बाद इंडियन मेन कोर्स, ये है जी सारा इंडियन मेन कोर्स, सारी रेसिपीज सारी डिशेस कवर हो गई। तो इंडियन ब्रेड्स, उस तो बाद है जी चाइनीज़ मेन कोर्स, चाइनीज़ से भी मेन कोर्स तुम सब कुछ मतलब कोई चीज़ नहीं इन्होंने मतलब लगता जी छी हो मैन्यू खत्म ही नहीं आता। मैं एक्चुअली कन्फ्यूज हो गया कि ऑर्डर करना तो की नहीं। डेजर्ट्स, आइसक्रीम सब कुछ, ईच एंड एवरीथिंग। सो असी ऑर्डर किया महाराजा स्पेशल हांडी फ्राइड राइस, उस तो बाद राड़ा चिकन, तो नाल है जी प्लेन रोटी। मतलब इतों देख के तुम अंदाजा ला सकते हो कि अट्रैक्टिव है, मतलब देख के ही मूँह च पानी आ जाए, इन्ना अट्रैक्टिव लग रहा। सो फूड असी इंजॉय कर लिया जी, बहुत ही वधिया सीगा। तुसी भी सारे जने आओ तो जरूर खा के जाओ। तो हुण देखो जी इन्हां दा नाइट व्यू, मतलब ईच एंड एवरीथिंग, लाइटिंग देखो कितनी प्रॉपर है, कितना सोहना लग रहा। सो तुसी भी सारे जने जरूर विजिट करो।